ਪਹਿਲਾ ਤੂੰ ਐਦਾਂ ਦਾ ਜਿਹਨੇ ਕਮਜ਼ੋਰ ਜੇਨ ਬਾਹਰ ਕੱਢਿਆ ਹਾਏ ਰੱਬਾ ਵੈਸੇ ਨਿੰਮੀ ਜੀ ਨੂੰ ਵੇਖ ਕੇ ਨਾ ਕਿ ਸ਼ੇਰ ਯਾਦ ਆ ਗਿਆ ਕਹਿੰਦੇ ਪਿਆਰ ਤੇਰੇ ਵਿੱਚ ਪੈ ਕੇ ਅਸੀਂ ਮੈਲੇ ਕੁਚਲੇ ਹੋ ਗਏ ਆ ਪਿਆਰ ਤੇਰੇ ਵਿੱਚ ਪੈ ਕੇ ਅਸੀਂ ਮੈਲੇ ਕੁਚਲੇ ਹੋ ਗਏ ਆ ਤੂੰ ਸੱਜੀ ਜਾ ਕੋਈ ਗੱਲ ਨਹੀਂ ਤੂੰ ਸੱਜੀ ਜਾ ਕੋਈ ਗੱਲ ਨਹੀਂ ਜੇ ਪਿਆਰ ਸਾਡਾ ਸੱਚਾ ਏ ਤਾਂ ਤੈਨੂੰ ਪਾਲਾਂਗੇ ਤੂੰ ਭੱਜੀ ਜਾ ਕੋਈ ਗੱਲ ਨਹੀਂ ਬੇਤੀ ਸਰ ਬੈਠੇ ਨੇ ਸਰ ਪੈਰੀ ਪੈਨਾ ਜੀ ਹਾਂਜੀ ਜਿੰਦਰੋ ਕੀ ਹਾਲ ਚਾਲ ਕਾਕਾ ਸਰ ਪਹਿਲੇ ਨਾਲ ਫਰਕ ਹੈ ਜੀ ਦਵਾਈ ਉਹੀ ਰੱਖੀ ਆ ਨਾ ਮੈਂ ਹਾਂ ਸਰ ਬੜਾ ਮਜ਼ਾ ਆਂਦਾ ਜਦੋਂ ਤੁਸੀਂ ਸਾਹਮਣੇ ਬੈਠੇ ਹੁੰਦੇ ਹੋ ਮਨੋ ਮਨੋ ਵੀ ਮਜ਼ਾ ਆ ਰਿਹਾ ਤੁਹਾਨੂੰ ਦੇਖ ਦੇਖ ਕੇ ਅੱਜ ਕੱਲ ਸਰ ਪਹਿਲੇ ਬੰਦੇ ਹੋ ਹੂੰ ਜਿਹਨੂੰ ਮੈਨੂੰ ਵੇਖ ਕੇ ਮਜ਼ਾ ਆਉਣ ਡਿਆ ਨਹੀਂ ਨਹੀਂ ਮਜ਼ਾ ਆਉਣ ਡਿਆ ਨਹੀਂ ਮੈਂ ਸੱਚੀ ਗੱਲ ਕਹਿੰਦਾ ਸੋ ਸਰ ਮੈਂ ਅੱਜ ਤੁਹਾਨੂੰ ਗੱਲ ਸੁਣਾਉਣ ਲੱਗਾ ਜੀ ਆਪਣੇ ਇੱਕ ਪੰਜਾਬ ਦੇ ਬੜੇ ਪੰਜਾਬ ਦੇ ਨਹੀਂ ਪੂਰੇ ਵਰਲਡ ਫੇਮਸ ਕਲਾਕਾਰ ਗਾਇਕ ਵਿੜਾਲੀ ਬ੍ਰਦਰਸ ਜੀ ਉਹਨਾਂ ਦੇ ਉਸਤਾਦ ਪਦਮਸ਼੍ਰੀ ਪੂਰਨ ਚੰਦ ਵਡਾਲੀ ਜੀ ਦੀ ਗੱਲ ਸੁਣਾਉਣ ਲੱਗਾ ਜੀ ਬੜੇ ਵਧੀਆ ਗਾਇਕ ਨੇ ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ ਜੀ ਉਹਨਾਂ ਬਾਰੇ ਮੈਨੂੰ ਇੱਕ ਦਿਨ ਸੁਪਨਾ ਆ ਗਿਆ ਜੇ ਇਜਾਜ਼ਤ ਹੋਵੇ ਤੇ ਸਰ ਉਹਨਾਂ ਬਾਰੇ ਗੱਲ ਕਰ ਲਈਏ ਜੀ ਬਿਲਕੁਲ ਜੀ ਇਜਾਜ਼ਤ ਹੈ ਕਿਉਂਕਿ ਜਿ ਉਹ ਇਹ ਜਿੰਨੇ ਵਧੀਆ ਗਾਇਕ ਨਾ ਉਹਨੇ ਹੀ ਵਧੀਆ ਮਤਲਬ ਭੋਲੇ ਇਨਸਾਨ ਨੇ ਹੋ ਕਈ ਵਾਰੀ ਇੰਨੀਆਂ ਭੋਲੀਆਂ ਗੱਲਾਂ ਕਰ ਦਿੰਦੇ ਇੰਨੀਆਂ ਭੋਲੀਆਂ ਗੱਲਾਂ ਕਰ ਦਿੰਦੇ ਹਾਸਾ ਆਪਣੇ ਆਪ ਹੀ ਨਿਕਲਣ ਲੱਗ ਪੈਂਦਾ ਇੱਕ ਦਿਨ ਮੈਨੂੰ ਸੁਪਨਾ ਆ ਗਿਆ ਜੀ ਪਤਾ ਲੱਗਾ ਕਿ ਇੱਕ ਕ੍ਰਿਕਟ ਕਮੈਂਟਰੀ ਦੇ ਵਡ ਹੁਣ ক্রিকেট ਕਮੈਂਟਰੀ ਦਾ ਵਡਾਲੀ ਸਾਹਿਬ ਉਹਨਾਂ ਨੂੰ ਪਤਾ ਨਹੀਂ ਕਿ ক্রিকেট ਕਮੈਂਟਰੀ ਹੋਣ ਰਹੀ ਹੈ ਇੱਥੇ ਜੋ ਕਰਨੀ ਪੈਣੀ ਹੈ ਜਾ ਕੇ ਬੰਦਾ ਲੈ ਆਇਆ ਆ ਆ ਵਡਾਲੀ ਸਾਹਿਬ ਵੀ ਕਿਆ ਬਾਤ ਹੈ ਬੋ ਮੋਚਾ ਹੁੰਦੀ ਹੈ ਵੀ ਕੈਸੇ ਇਹ ਗੱਲਾਂ ਵੀ ਇੱਥੇ ਐਨੀ ਆਡੀਅੰਸ ਆਈ ਹੈ ਅੱਛਾ ਗਉਣਾ ਮੈਂ ਕੱਲੇ ਨਹੀਂ ਪਿਆਰਾ ਤੇ ਆਇਆ ਹੀ ਨਹੀਂ ਵਡਾਲੀ ਸਾਹਿਬ ਤੁਸੀਂ ਗਉਣਾ ਨਹੀਂ ਤੁਸੀਂ ক্রিকেট ਕਮੈਂਟਰੀ ਕਰਨੀ ਹੈ ਨਹੀਂ ਬੋ ਸੈਂਟਰੀ ਦਾ ਕੰਮ ਨਹੀਂ ਸਾਨੂੰ ਆਉਂਦਾ ਸੈਂਟਰੀ ਤੇ ਨਹੀਂ ਕੀਤੀ ਨਹੀਂ ਸੈਂਟਰੀ ਕਰੀਏ ਤਾਂ ਵੀ ਸਾਨੂੰ ਵਡਾਲੀ ਸਾਹਿਬ ਸੈਂਟਰੀ ਨਹੀਂ ਮਤਲਬ ਤੁਸੀਂ ਉਹ ਬੈਟ ਬੱਲਾ ਹੁੰਦਾ ਨਾ ਬੈਟ ਬੱਲਾ ਮਤਲਬ ਬਾਲ ਬੈਟ ਅੱਛਾ ਅੱਛਾ ਬੈਟ ਬੱਲਾ ਛੱਡ ਬਲਖਿੰਦਰ ਵੀ ਖੇਡਦਾ ਰਿਹਾ ਬੈਟ ਬੱਲਾ ਉਹ ਮੈਂ ਕਹਾਂ ਛੱਡ ਕਿਹੜੇ ਬਾਂਦਰਾ ਵਾਲੇ ਕੰਮ ਚ ਪਿਆ ਤੂੰ ਕਹਿ ਛੱਡ ਕੱਢ ਉਹਨਾਂ ਕਹਿ ਛੱਡ ਆਈਏ ਮਈਆ ਜਿੱਤ ਕੱਢਾਂ ਗੀਤ ਗਾਈਏ ਮਈਆ ਤੇਰੇ ਵੇਖਣ ਨੂੰ ਚੋਕ ਚਰਖਾਗਲੀ ਦੇ ਵਿੱਚ ਡਾਵਾਂ ਤੇ ਲੋਕ ਬੜੇ ਮੈਂ ਕਾ ਦਿੱਤੀ ਤਾਂ ਤੇਰੀਆਂ ਯਾਦਾ ਵਿੱਚ ਪਾਵਾਂ ਸੁਣੀਓ ਜਰੂਰ ਬਡਾਲੀ ਸਾਹਿਬ ਅਸੀਂ ਜਰੂਰ ਸੁਣਾਗੇ ਫਿਲਹਾਲ ਮੈਚ ਸ਼ੁਰੂ ਹੋਣ ਵਾਲਾ ਤੇ ਤੁਸੀਂ ਸ਼ੁਰੂ ਕਰ ਦਿਓ ਕਮੈਂਟਰੀ ਸ਼ੁਰੂ ਲੈ ਕਾ ਦੇ ਨੇ ਪਰ ਇੱਕ ਗੱਲ ਪੁੱਤਰਾ ਸਾਨੂੰ ਕੁਝ ਨਹੀਂ ਪਤਾ ਉਹ ਬਡਾਲੀ ਸਾਹਿਬ ਮਤਲਬ ਤੁਸੀਂ ਸ਼ੁਰੂ ਕਰ ਦਿਓ ਲੋ ਜੀ ਮੈਚ ਸਰ ਪਤਾ ਕਿਹਦੇ ਚ ਹੋਣ ਰਿਹਾ ਮੈਚ ਹੋਣ ਰਿਹਾ ਜੀ ਵੈਸਟ ਇੰਡੀਜ਼ ਤੇ ਇੰਡੀਆ ਦੇ ਵਿੱਚ ਹੁਣ ਵੈਸਟ ਇੰਡੀਜ਼ ਤੇ ਇੰਡੀਆ ਦੇ ਵਿੱਚ ਮੈਚ ਹੋਣ ਰਿਹਾ ਬਡਾਲੀ ਸਾਹਿਬ ਨੂੰ ਕੁਝ ਨਹੀਂ ਪਤਾ ਗਰਾਊਂਡ ਵਾਲ ਸਭ ਤੋਂ ਪਹਿਲੇ ਨਜ਼ਰ ਪੈ ਗਈ ਰਸੇ ਦੇ ਜਿਹੜਾ ਬਾਉਂਡਰੀ ਦਾ ਰਸਾ ਲਾਇਆ ਹੁੰਦਾ ਨਾ ਉਹਨਾਂ ਨੂੰ ਵੇਖ ਕੇ ਰੋਲਾ ਪਾਣਾ ਸ਼ੁਰੂ ਕਰਦਾ ਓ ਪਿੱਤਰਾ ਓ ਪਿੱਤਰਾ ਇਹ ਰਸਾ ਜੁਗਲੂ ਵੀ ਕਿਦਾ ਵੀ ਇਹ ਰਸਾ ਜੁਗਲੂ ਕਹਿੰਦੇ ਪੈਰ ਚੜ੍ਹਦੇ ਨੇ ਡੇਗ ਪੈਣਾ ਵੀ ਕਹਿ ਲਈ ਡੇਗ ਪੈਣਾ ਜੁਗਲੂ ਰਸਾ ਬਡਾਲੀ ਸਾਹਿਬ ਕੀ ਕਰ ਰਹੇ ਹੋ ਇਹ ਚੋਕਦੇ ਅਸੀਂ ਆ ਮਤਲਬ ਇਹ ਰਸਾ ਹੀ ਆਪ ਵਿਛਾਇਆ ਹੋਇਆ ਹੈ ਇਹ ਦੇਖੋ ਮਤਲਬ ਇਹ ਤੂੰ ਰਿੜ ਕੇ ਬਾਹਰ ਚੱਲ ਜਾਈ ਤੇ ਚੋਕਾ ਉੱਡ ਕੇ ਚੱਲ ਜਾਈ ਛੱਕਾ ਇਹ ਤੂੰ ਛੱਕਾ ਤੇਰਾ ਪਿਓ ਛੱਕਾ ਚੰਗੇ ਬਲੇ ਮੁੰਡੇ ਖੇਡਦੇ ਉਹਨੇ ਛੱਕਾ ਕਹਿਣ ਡਿਆ ਓਹੋ ਬਡਾਲੀ ਸਾਹਿਬ ਛੱਕਾ ਨਹੀਂ ਕਹਿਣ ਡਿਆ ਮਤ ਤੇ ਮਿਲ ਜਾਂਦੀ ਹੁਣੇ ਪੁੱਤਰ ਵੇ ਸਾਨੂੰ ਕਿਹੜਾ ਪਤਾ ਹੈ ਸਾਡਾ ਪਤਾ ਹੀ ਨਹੀਂ ਹੈ ਨਾ ਚਲੋ ਛੱਡੋ ਵਡਾਲੀ ਸਾਹਿਬ ਲੋ ਜੀ ਹੁਣ ਜਦੋਂ ਸਾਡੇ ਹਰਭਜਨ ਸਿੰਘ ਨੇ ਪਹਿਲੀ ਬਾਲ ਕਰਾਈ ਆ ਵਡਾਲੀ ਸਾਹਿਬ ਨੇ ਫੇਰ ਰੋਲਾ ਮਾਣਾ ਛੁੜਾ ਅਬ ਪੁੱਤਰਾ ਮੇਰੀ ਗਾਇਸ ਹੁਣ ਇਹ ਤਾਂ ਹੋਲੀ ਮਾਰੇ ਪੁੱਤਰਾ ਹੋਲੀ ਮਾਰੇ ਉਹ ਕੇ ਮੁੰਡੇ ਦੇ ਪੈਰਾਂ 'ਚ ਪਲਸਟਰ ਹੋਇਆ ਜਦੇ ਛੱਟ ਨਾ ਲਾ ਦੀ ਉਹ ਵਡਾਲੀ ਸਾਹਿਬ ਉਹ ਪਲਸਟਰ ਨਹੀਂ ਹੈਗਾ ਉਹ ਪੈੜ ਆ ਪੈੜ ਅੱਛਾ ਇਹਦੇ ਨਾਲ ਕੀ ਹੁੰਦਾ ਉਹ ਹੋਣਾ ਕੀ ਵਡਾਲੀ ਸਾਹਿਬ ਇਹਦੇ ਨਾਲ ਜੇ ਬੋਲ ਵੱਜ ਵੀ ਜਾਏ ਨਾ ਤਾਂ ਕੁਝ ਨਹੀਂ ਹੁੰਦਾ ਅੱਛਾ ਬੁੱਤ ਨਹੀਂ ਹੁੰਦਾ ਨਾ ਫਿਰ ਸਾਨੂੰ ਕਿਹੜਾ ਪਤਾ ਹੈ ਸੰਤ ਕੁਝ ਪਤਾ ਹੀ ਨਹੀਂ ਨਾ ਉਹ ਹੋ ਤਾਂ ਤੁਸੀਂ ਅੱਗੇ ਅੱਗੇ ਸ਼ੁਰੂ ਕਰੋ ਲੋ ਜੀ ਇੰਨੀ ਧੀਰ ਬਾਅਦ ਉਹਨਾਂ ਨੂੰ ਨਜ਼ਰ ਪੈ ਗਈ ਸਚਿੰਤ ਤੰਦੂਲਕਰ ਤੇ ਉਹਨਾਂ ਨੇ ਫੇਰ ਰੌਲਾ ਪੁਣਾ ਸ਼ੁਰੂ ਕੀਤਾ ਵੀ ਇਹ ਗੁੜ ਵੀ ਇਹ ਕਿਦਾ ਬੱਚਾ ਵੀ ਇਹ ਕਿਦਾ ਬੱਚਾ ਕੋਈ ਜਾ ਉਹ ਹੀ ਇਹਦੀ ਨੇ ਪੀਚਾ ਕਰੂ ਨਾ ਪਾਈ ਕਿ ਨਹੀਂ ਕਿਤੇ ਗਰਾਊਂਡ ਗੰਦੀ ਨਾ ਕਰ ਦੇ ਓਹੋ ਵਡਾਲੀ ਸਾਹਿਬ ਕੀ ਕਰੰਡਿਆ ਤੁਸੀਂ ਇਹ ਸਚਿੰਤ ਤੰਦੂਲਕਰ ਹੈ ਤੇ ਪਧਰਾ ਉਹ ਵੀ ਕਿਸੇ ਦਾ ਬੱਚਾ ਹੀ ਹੁੰਦਾ ਨਾ ਪਧਰਾ ਇਹਨਾਂ ਦੀ ਮੰਮੀ ਕੋ ਛਾਡੋ ਇਹਦੀ ਇਹਨੇ ਗਰਾਊਂਡ ਗੰਦੀ ਕਰ ਦਿੱ ਓ ਵਡਾਲੀ ਸਾਹਿਬ ਤੁਸੀਂ ਸਮਝਣ ਨਹੀਂ ਦੇ ਚੱਲ ਛੱਡੋ ਇਹਨਾਂ ਗੱਲਾਂ ਨੂੰ ਉਹ ਇੰਨੀ ਦੇਰ ਚ ਬੰਦਾ ਆਊਟ ਹੋ ਗਿਆ ਹੁਣ ਆਊਟ ਹੋ ਗਿਆ ਤੇ ਕਮੈਂਟੇਟਰ ਨੇ ਕਿਹਾ ਵਡਾਲੀ ਸਾਹਿਬ ਇਹ ਆਊਟ ਹੋ ਗਿਆ ਕੀ ਹੋ ਗਿਆ ਇਹ ਮਤਲਬ ਆਊਟ ਹੋ ਗਿਆ ਅੱਛਾ ਪੀ ਕੇ ਆਊਟ ਹੋ ਗਿਆ ਉਹ ਪੀ ਕੇ ਨਹੀਂ ਆਊਟ ਹੋ ਗਿਆ ਮਤਲਬ ਇਹ ਹੁਣ ਖੇਡ ਨਹੀਂ ਸਕਦਾ ਕਿਉਂ ਪੱਥਰੀ ਦਾ ਪੱਥਰੀ ਦਾ ਆਪਰੇਸ਼ਨ ਹੋਇਆ ਓ ਵਡਾਲੀ ਸਾਹਿਬ ਪੱਥਰੀ ਦਾ ਆਪਰੇਸ਼ਨ ਨਹੀਂ ਹੋਇਆ ਇਹ ਮਤਲਬ ਨਹੀਂ ਖੇਡ ਸਕਦਾ ਇੱਥੇ ਠੀਕ ਹੈ ਅੱਗੇ ਕਿਧਰ ਵੱਡੇ ਚਪੇੜ ਮਰਾਂਗੇ ਦੰਦ ਕੱਢ ਦੇਵਾਂਗੇ ਬਾਹਰ ਤੇਰੀ ਖੇਡ ਨਹੀਂ ਸਕਦਾ ਚਲੋ ਠੀਕ ਹੈ ਹੋਰ ਕੋਈ ਲੋ ਜੀ ਇੱਕ ਬੰਦਾ ਆਊਟ ਹੋਇਆ ਬ੍ਰੇਨ ਲਾਰਾ ਜੀ ਆ ਗਏ ਬ੍ਰੇਨ ਲਾਰਾ ਜੀ ਹੁਣ ਉਹ ਆ ਗਏ ਜਿਨ੍ਹਾਂ ਦੇ ਵਿੱਚ ਬ੍ਰੇਨ ਘਾਟੀ ਆ ਉਹ ਆ ਗਏ ਉਹਨਾਂ ਨੂੰ ਵੇਖ ਕੇ ਹੁਣ ਉਹਨਾਂ ਦੀ ਸ਼ਕਲ ਵੇਖ ਕੇ ਵਡਾਲੀ ਸਭ ਸ਼ੁਰੂ ਹੋਈ ਇਹਨੂੰ ਵੇਖੋ ਐਡਾ ਕਾਲਾ ਐਡਾ ਕਾਲਾ ਮੈਨੂੰ ਲੱਗਦਾ ਇਹਨੂੰ ਵੇਖ ਕੇ ਗੀਤ ਬਣਿਆ ਹੋਣਾ ਕਾਲਾ ਸ਼ਾ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰੀਆਂ ਨੂੰ ਦਫਾ ਕਰੋ ਮਾਫ ਕਰਨਾ ਸਰਦਾਰ ਨਹੀਂ ਹਾਂ ਵੈਸੀ ਪਰ ਇੱਕ ਗੱਲ ਇਹਨੂੰ ਸਮਝਾ ਦਿਓ ਕਿ ਬੇਟਾ ਕਦੀ ਘੂਰ ਕੇ ਦੋ ਦਿਵਾਲ ਨਹੀਂ ਵੇਖਣਾ ਉਸੇ ਵੇਲੇ ਟਾਈਮ ਚਾਹ ਬਣ ਜਣੀ ਹੈ ਐਡਾ ਕਾਲਾ ਲੋ ਜੀ ਬਰੇਨ ਲਾੜਾ ਜਦੋਂ ਆਇਆ ਉਹਨੇ ਆਂਦੇ ਪਹਿਲੀ ਬੋਲ ਤੇ ਛੱਕਾ ਮਾਰਤਾ ਜਿੱਦਾਂ ਛੱਕਾ ਮਾਰਿਆ ਅੰਪਾਇਰ ਨੇ ਦੋਨੋਂ ਹੱਥ ਖੜੇ ਕਰਤੇ ਮੈਂ ਤੈਨੂੰ ਕਿਆ ਐਸੀ ਨੇ ਲੜਾ ਉਹ ਵੇ ਉਹ ਲਾੜਾ ਤੇ ਚਿੱਟੇ ਕੱਪੜੇ ਵਾਲੇ ਉਹਦੇ ਵਿਆਹ 'ਚ ਪੰਗੜੇ ਪਾਉਣ ਡਿਆ ਆ ਉਹ ਵਡਾਲੀ ਸਾਹਿਬ ਪੰਗੜੇ ਨਹੀਂ ਪਾਉਣ ਡਿਆ ਉਹ ਪੰਗੜੇ ਨਹੀਂ ਪਾਉਣ ਡਿਆ ਛੱਕਾ ਹੋ ਗਿਆ ਤੂੰ ਛੱਕਾ ਤੇਰਾ ਪਿਓ ਛੱਕਾ ਫੇਰ ਮੁੰਡੇ ਖੇਡਨੇ ਉਹ ਛੱਕਾ ਕੈਂਡਿਆ ਓ ਵਡਾਲੀ ਸਾਹਿਬ ਤੁਸੀਂ ਮੇਰੀ ਗੱਲ ਸਮਝੋ ਲੋ ਜੀ ਸਾਰੇ ਮੈਚ ਅਦਾ ਵਡਾਲੀ ਸਾਹਿਬ ਨੇ ਸਤਾਂਦੇ ਰੇ ਸਤਾਂਦੇ ਰੇ ਸਤਾਂਦੇ ਰੇ ਜਦੋਂ ਮੈਚ ਦਾ ਐਂਡ ਹੋਣ ਲੱਗਣਾ ਉਹਦੇ ਵਡਾਲੀ ਸਾਹਿਬ ਕਹਿੰਦੇ ਲੈ ਵੀ ਨੀ ਆਡੀਅਸ ਵੇਖ ਕੇ ਹੁਣ ਸਾਡਾ ਮੂਡ ਬਣ ਗਿਆ ਹੁਣ ਸੀਗਾਉਣਾ ਏ ਤੂੰ ਮਾਦੇ ਯਾ ਨਾ ਮਾਨੇ ਦਿਲ ਦਾ ਓ ਵਡਾਲੀ ਸਾਹਿਬ ਕੀ ਕਰਨ ਡਿਓ ਇੰਡੀਆ ਮੈਚ ਹਾਰੰਡੀ ਤੇ ਤੂੰ ਗੀਤ ਗਾਈ ਜਾਂਦੇ ਓ ਤੇ ਪੁੱਤਰਾ ਅੱਗੇ ਕਿਹੜੀ ਜਿੱਤਦੀ ਐ ਸਾਡੇ ਨਾ ਬੋਦੀਆਂ ਗੱਲਾਂ ਨਹੀਂ ਕਰਨੀਆਂ ਸਾਡੇ ਬੰਦੇ ਨੂੰ ਪੇਮੈਂਟ ਭਲਾ ਦੇ ਐਂ ਚੱਲੀਏ ਐਸੇ ਜੀ ਕਰ ਇੱਕ ਐਸੀ ਸ਼ੇਰ ਯਾਦ ਆ ਗਿਆ ਅਸੀਂ ਜਾ ਰਹੇ تھے ਯੂਹੀ पर दिल बेकरार था बेटी सर ता नीना मैडम जा रहे थे यूं ही पर दिल बेकरार था आज तो वही मिल गए जिनका इंतजार था सत चल जी वाह